ਪਿਛਲੇ ਦਿਨੀ ਟੱਡੀਆਂ ਵਾਲੇ ਦੇ ਸਮਾਗਮ ਨੂੰ ਬੰਦ ਕਰਵਾਉਣ ਗਈ 125 ਦੇ ਕਰੀਬ ਸਿੰਘਾਂ ਨੂੰ ਪਿੰਡ ਕੋਟਦੋਨਾ ਤੋਂ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਵੱਲੋਂ ਕੱਲ੍ਹ 60 ਕਿਲੋਮੀਟਰ ਦੂਰ ਥਾਣਾ ਸਦੂਲਗੜ੍ਹ ਲਿਜਾਇਆ ਗਿਆ। ਉੱਥੇ ਸਾਰੇ ਸਿੰਘਾਂ ਨੇ ਵੇਰਵੇ ਨੋਟ ਕਰਕੇ ਰਾਤ 6 ਵਜੇ ਤੋਂ ਬਿਨਾਂ ਕੁਝ ਜਾਣਕਾਰੀ ਦਿੱਤਿਆਂ ਕਰੀਬ 70 ਕਿਲੋਮੀਟਰ ਦੂਰ ਬਰਨਾਲਾ ਦੇ ਥਾਣਾ ਧਨੌਲੇ ਵਿਖੇ ਬੰਦ ਕਰ ਦਿੱਤਾ ਗਿਆ। ਸੀਨੀਅਰ ਅਫਸਰਾਂ ਕਿਹਾ ਕਿ ਸਾਨੂੰ ਉੱਪਰੋਂ ਹਦਾਇਤ ਹੈ ਕਿ ਸਾਰਿਆਂ ਦੇ ਪਰਚੇ ਕਰਕੇ ਅੰਦਰ ਕਰ ਦਿਓ। ਕੱਲ੍ਹ ਸਵੇਰ ਦੇ ਭੁੱਖਣ ਪਾਣੀ ਪਿਆਸੇ ਸਾਰੇ ਭੁਜੰਗੀ ਨੌਜਵਾਨ ਬਜ਼ੁਰਗਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰਾਤ 8 ਵਜੇ ਬੰਦ ਕੀਤਾ ਗਿਆ, ਜਿਨ੍ਹਾਂ ਵਿੱਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੇ ਬੁਲਾਰੇ ਪ੍ਰੋਫੈਸਰ ਸਰਚਾਨ ਸਿੰਘ, ਭਾਈ ਅਮਰੀਕ ਸਿੰਘ ਅਜਨਾਲਾ, ਇੰਟਰਨੈਸ਼ਨਲ ਪੰਥਕ ਦਲ ਦੇ ਭਾਈ ਜੋਗਿੰਦਰ ਸਿੰਘ, ਸ਼ਾਮ ਸਿੰਘ ਵਾਲਾ, ਭਾਈ ਰਵਿੰਦਰ ਸਿੰਘ ਬਿੱਲਾ, ਭਾਈ ਸਤਵੀਰ ਸਿੰਘ, ਭਾਈ ਇਕਬਾਲ ਸਿੰਘ, ਬਾਬਾ ਰਛਪਾਲ ਸਿੰਘ ਚੌਕ ਮੋੜੇ, ਗਿਆਨੀ ਬਚਨ ਸਿੰਘ ਮਾਲਣ ਦਮਦਮੀ ਟਕਸਾਲ, ਭਾਈ ਲਖਵੰਤ ਸਿੰਘ, ਭਾਈ ਦਿਲਵਾਗ ਸਿੰਘ, ਭਾਈ ਪ੍ਰਗਟ ਸਿੰਘ, ਭਾਈ ਨਿੱਕਾ ਸਿੰਘ, ਭਾਈ ਧਰਮਵੀਰ ਸਿੰਘ, ਸਾਰੇ ਦਮਦਮੀ ਟਕਸਾਲੀ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਸੋਹਲ ਅਤੇ ਹੋਰ ਬਹੁਤ ਸਾਰੇ ਸਿੰਘ, ਜਿਨ੍ਹਾਂ ਨੂੰ ਕੱਲ੍ਹ ਸ਼ਾਮ 9/2/2020 ਨੂੰ ਧਨੌਲਾ ਥਾਣੇ ਤੋਂ ਰਿਹਾਅ ਕੀਤਾ ਗਿਆ। ਇਸ ਮਸਲੇ 'ਤੇ ਇੰਟਰਨੈਸ਼ਨਲ ਪੰਥਕ ਦਲ ਦੇ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਬਾਬਾ ਸਤਨਾਮ ਸਿੰਘ ਵਲੀਆ ਨੇ ਬੋਲਦਿਆਂ ਕਿਹਾ ਕਿ ਸਰਕਾਰ ਸਮਾਂ ਰਹਿੰਦਿਆਂ ਅਖੌਤੀ ਸੰਤ ਹੱਡੀਆਂ ਵਾਲੇ ਦੇ ਕੁੜ ਪ੍ਰਚਾਰ 'ਤੇ ਪਾਬੰਦੀ ਲਾ ਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਗਾਉਣ ਤੋਂ ਬਚਾਇਆ ਜਾਵੇ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।